ਪੁੱਤ ਪੀਰ ਬਾਬਾ ਅਬਦੁੱਲੇ ਸ਼ਾਹ ਦੀ ਧਰਤੀ ਤੇ 26 ਤਰੀਕ ਦਿਨ ਵਾਜਾ ਮਾਰਦਾ ਹੈ। ਬਾਬਾ ਧਰਮ ਕੁਟੀਆ ਆ ਗਿਆ, ਚਾਰ ਖਿਡਾਰੀ ਗੋਪੀ ਦੀ ਪਈ ਹੋਈ ਕਬੱਡੀ ਤੇ ਦੇਖਣਾ ਹੈ ਵੀ ਜਵਾਨੀ ਕੀ ਰੰਗ ਦਿਖਾਵੇਗੀ। ਚੜ੍ਹਦੀ ਜਵਾਨੀ ਹੈ, ਇਹ ਆ ਬਾਬਾ ਧਰਮ ਕੋਟੀਆ, ਜਿਸ ਪਿੰਡ ਦੇ ਮੇਰੇ ਵੀਰੋ ਅਮਰਜੀਤ ਕਹੀ, ਡਾਕਟਰ ਸਨੀ ਜਨੇਜੇ ਵਰਗੇ ਯਾਰਾਂ ਦੇ ਯਾਰ, ਉਸ ਪਿੰਡ ਦੀਆਂ ਗੱਲਾਂ ਚੱਲਣਗੀਆਂ। ਪੁਆਇੰਟ ਗੋਪੀ ਦਾ ਲਓ। ਇਸ ਸਮੇਂ ਕਹਿੰਦੇ ਲੰਡੇ ਕੇ ਤੇ ਸਮਾਧ ਭਾਈ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾ ਰਿਹਾ ਹੈ। ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਗੱਭਰੂ ਕਹਿੰਦੇ ਇਸ ਸਮੇਂ ਤਿਆਰ ਬਰ ਤਿਆਰ ਹੈ। ਚਾਰ ਜਾਫੀ ਹੈ ਗੱਭਰੂ ਖੇਡ ਮੈਦਾਨ ਦੇ ਵਿੱਚ। ਲਓ ਬਾਬਾ ਜੀ ਥੋੜੀ ਜਿਹੜੀ ਇਕੋ ਡਾਊਨ ਕਰ ਦਿਓ। ਲਓ ਇਸ ਸਮੇਂ ਪਈ ਹੋਈ ਰੇਡ, ਸਮਾਧ ਵਾਲੇ ਕਹਿੰਦੇ ਮੁੰਡੇ ਤਿਆਰ ਹੈ ਤੇ ਪੁਆਇੰਟ ਜਿਹੜਾ ਧਾਦੀ ਦੇ ਹਿੱਸੇ ਜਾ ਜੁੜਿਆ ਹੈ। ਅਗਲੀ ਰੇਡ ਸਮਾਧ ਭਾਈ ਪਿੰਡ ਹੈ ਤੇ ਗੁਰਪਿੰਦਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ। ਖੱਬੇ ਡੌਲੇ ਦੇ ਉੱਪਰ ਕਹਿੰਦੇ ਆਪਣੇ ਮਾਤਾ ਜੀ ਦੀ ਫੋਟੋ ਖੁਣਵਾਈ ਹੋਈ ਹੈ। ਲਓ ਸਮਾਧ ਵਾਲੇ ਗੁਰਪਿੰਦੇ ਦੀ ਪਾਈ ਹੋਈ ਰੇਡ। ਮੇਲਾ ਚੰਦ ਪੁਰਾਣੇ ਦਾ ਹੈ, ਮੇਲਾ ਚੰਦ ਪੁਰਾਣੇ ਦਾ ਹੈ। ਸੰਤ ਮਹਾਂਪੁਰ ਸੰਤ ਬਾਬਾ ਗੁਰਦੀਪ ਸਿੰਘ ਜੀ ਬਿਰਾਜਮਾਨ ਹੈ ਔਰ ਸਾਰੀਆਂ ਹੀ ਸਤਿਕਾਰਯੋਗ ਸ਼ਖਸ਼ੀਅਤਾਂ ਹੈ। ਪੁੱਜੀ ਹੋਈ ਸਾਧ ਸੰਗਤ ਦਾ, ਪੁੱਜੇ ਹੋਏ NRI ਭਰਾਵਾਂ ਦੇ ਵੱਡੇ ਯੋਗਦਾਨ ਹੈ। ਗੁਰਵੀਰ ਮਾਨ ਦੇ ਵੱਲੋਂ ਵੱਡੇ ਮਾਣ ਪਿਆਰ ਸਾਡੇ ਭਰਾ ਦੇ ਵੱਲੋਂ ਇਹਨਾਂ ਬੋਲਾਂ ਦੇ ਪੁੱਜੇ ਹੈ। ਹਾਂ ਇਹ ਬੇਅੰਤ ਮੁੰਡਾ ਕਹਿੰਦੇ ਮਲੇਸ਼ੀਆ ਵੀ ਖੇਡ ਆਇਆ ਹੈ। ਇੱਕ ਪਾਸੇ ਸਿੰਘ ਸਿੰਘ ਸਰਦਾਰ, ਦੂਜੇ ਪਾਸੇ ਬੇਅੰਤ ਰੱਖਿਆ ਧੌਣ ਦੇ ਹੱਥ। ਉਹ ਭੱਲੇ 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 ਉਹ ਭੱਲੇ 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 ਸਵਾਦ ਕਬੱਡੀ ਦਾ ਵਾਕਿਆ ਹੀ ਕਮਾਲ ਕਰ ਦਿੱਤੀ ਮੇਰੇ ਵੀਰੋ। ਜਿਹਨੂੰ ਜੱਫੇ ਦਾ ਸਵਾਦ ਆਇਆ ਇੱਕ ਵਾਰੀ ਤਾੜੀ ਵੱਡੀ ਸਰੀ ਮਾਰ ਦਿਆ ਕਰੋ, ਕਿਉਂਕਿ ਖਿਡਾਰੀ ਦਾ ਹੌਸਲਾ ਤਾਂ ਵੱਧਦਾ ਹੈ ਜੇ ਤੁਹਾਡੀ ਹੱਲਾ ਸ਼ੇਰੀ ਮੇਰੇ ਵੀਰੋ ਸ਼ੇਰ ਬਣਾਉਂਦੀ ਹੈ। ਲਓ ਉਧਰ ਗੋਪੀ ਮੇਰੇ ਵੀਰੋ, ਇੱਕ ਗੋਪੀ ਧੂੜ ਕੁੱਟ ਰਣਸੀ ਵਾਲਾ ਮੇਰੇ ਵੀਰੋ ਖਾਲਸਾ, ਔਰ ਇੱਧਰ ਸਾਹਮਣੇ ਗੋਪੀ ਕਬੱਡੀ ਪਾਉਂਦਾ ਹੋਇਆ। ਸਮਾਧ ਦੀਆਂ ਤਿੰਨ ਟੀਮਾਂ ਨੇ ਜਿਹੜੀਆਂ ਅੱਜ ਐਂਟਰ ਹੋਈਆਂ ਨੇ, ਇੱਕ ਖਾਲਸੇ ਸਮਾਧ ਵਾਲੇ ਗਿਆਨੀ ਹੁਣੀ ਯਾਰਾਂ ਦੇ ਯਾਰ ਨੇ। ਇੱਧਰ ਮੇਰੇ ਵੀਰੋ ਪਈ ਹੋਈ ਕਬੱਡੀ ਵੇਖੋ, ਚਾਰ ਖਿਡਾਰੀ, ਬੇਅੰਤ ਸੱਜੀ ਬਾਹ ਮੇਰੇ ਵੀਰੋ ਟੀਮ ਦੀ, ਔਰ ਝਪਕੇ ਦਿੰਦਾ ਸਾਡਾ ਵੀਰ ਸਾਹਮਣੇ ਕਬੱਡੀ 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 ਕਰਦਾ ਹੋਇਆ। ਸੁੱਖ ਦਾ ਵੀਰ ਦੋ ਨੰਬਰ ਦਾ ਧੰਦਾ ਮਾੜਾ ਤੇ ਦੋ ਨੰਬਰ ਦਾ ਬੰਦਾ ਮਾੜਾ, ਦੋ ਨੰਬਰ ਦਾ ਧੰਦਾ ਮਾੜਾ, ਦੋ ਨੰਬਰ ਦਾ ਬੰਦਾ ਮਾੜਾ। ਪਰ ਜਦ ਦੋ ਨੰਬਰ ਤੋਂ ਜੱਫਾ ਲੱਗਦਾ ਤੇ ਫਿਰ ਸਵਾਦ ਹੀ ਵੱਖਰਾ ਹੁੰਦਾ ਹੈ। ਉਧਰਲੇ ਪਾਸੇ ਯੁੱਧ ਵੀਰ ਸਾਡਾ ਭਰਾ ਅਮਰੀਕਾ ਤੋਂ ਪੁੱਜਿਆ ਹੋਇਆ ਹੈ, ਬਿੱਟੂ ਸਾਡਾ ਵੀਰ ਕੈਨੇਡਾ ਦੇ ਵਿੱਚ ਬੈਠਾ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ ਹੈ। ਲਓ ਵੇਖਦੇ ਹਾਂ ਵੀ ਇੱਕ ਪਾਸੇ ਗੁਰਪਿੰਦਾ ਹੈ ਤੇ ਦੂਜੇ ਪਾਸੇ ਮੁੰਡੇ ਦੀ ਕੋਸ਼ਿਸ਼ ਤੇ ਸਾਹਮਣੇ ਪੁਆਇੰਟ ਜਿਹੜਾ ਹੈ ਧਾਦੀ ਦੇ ਹਿੱਸੇ ਦੇ ਵਿੱਚ ਜਾ ਜੁੜਿਆ ਹੈ। ਅਗਲਾ ਮੈਚ ਮਹੇਸ਼ਰੀ ਸੰਧੂਆਂ ਆਈ ਹੈ ਵੀਰ, ਮਹੇਸ਼ਰੀ ਵਾਲੇ ਪਹੁੰਚੇ ਹੋਏ ਹੈ ਔਰ ਭਾਗਪੁਰ ਗਗੜੇ ਦੇ ਨਾਲ ਮੈਚ ਖੇਡਿਆ ਜਾਣਾ ਹੈ। ਫਿਰ ਬਾਅਦ ਦੇ ਵਿੱਚ ਲੋਹਾਰਾ ਤੇ ਮੱਲੀਆਂ ਵਾਲੇ ਦੀਆਂ ਟੀਮਾਂ ਵੀ ਜਿਹੜੀਆਂ ਅਗਲੇ ਮੈਚਾਂ ਦੇ ਲਈ ਗਰਾਊਂਡ ਦੇ ਵੱਲ ਨੂੰ ਆਉਣਗੀਆਂ। ਆਓ ਸਿੰਘ ਸਰਦਾਰ, ਕਿ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਣਾ, ਜੁਗਾ ਜੁਗਾ ਤੋਂ ਗੱਲਾਂ ਚੱਲਦੀਆਂ ਜਿਸ ਦਰਵੇਸ਼ ਦੀਆਂ, ਕੌਣ ਕਰੂਗਾ ਰੀਸਾ ਕਲਗੀ ਧਰ ਦਸ਼ਮੇਸ਼ ਦੀਆਂ, ਕੌਣ ਕਰੂਗਾ ਰੀਸਾ ਕਲਗੀ ਧਰ ਦਸ਼ਮੇਸ਼ ਦੀਆਂ। ਬਾਜਾਂ ਵਾਲੇ ਗੁਰੂ ਦੀ ਸਿੱਖੀ ਵੀ ਬਰਕਰਾਰ ਹੈ ਪਰ ਮੁੰਡਾ ਜੱਫਾ ਖਾ ਬੈਠਾ। ਆਓ ਵੇਖਦੇ ਹਾਂ ਵੀ ਹੁਣ ਸਾਹਮਣੇ ਰੇਡ ਸਮਾਧ ਭਾਈ ਵਾਲੇ ਨੌਜਵਾਨ ਗੱਭਰੂ ਨੇ ਪਾ ਦਿੱਤੀ ਹੈ। ਚੰਦ ਪੁਰਾਣੇ ਦਾ ਮੇਲਾ ਹੈ, ਸੰਤ ਮਹਾਂਪੁਰ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਮਿੱਠੀ ਯਾਦ ਹੈ ਔਰ ਤੀਜਾ ਸਾਲ ਇਸ ਕਬੱਡੀ ਟੂਰਨਾਮੈਂਟ ਦਾ। ਆਓ ਦੇਖਦੇ ਹਾਂ ਵੀ ਸਾਹਮਣੇ ਟੱਕਰ ਹੋ ਗਈ ਸ਼ੇਰਾਂ ਦੀ ਤੇ ਪੁਆਇੰਟ ਕਹਿੰਦੇ ਧਾਦੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਮਹੇਸ਼ਰੀ ਤੇ ਭਾਗਪੁਰ ਗਗੜਾ, ਲੋਹਾਰਾ ਤੇ ਮੱਲੀਆਂ ਵਾਲੇ ਦੀਆਂ ਟੀਮਾਂ। ਵਾਹ ਰਮਨਦੀਪ ਰਮਨਾ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ, ਸਾਹਮਣੇ ਵੇਖਦੇ ਹੈ ਵੀ ਰਮਨਾ ਹੁਣ ਪੁਆਇੰਟ ਲੈ ਕੇ ਮੁੜਦਾ ਜਾਂ ਨਹੀਂ ਮੁੜਦਾ। ਇੱਧਰ ਰਾਣਾ ਚੋਟੀਆਂ ਜਸਵੀਰ ਸਿੰਘ ਫੀਰਾ ਕਬੱਡੀ ਖਿਡਾਰੀ ਅਤੇ ਪੰਜਾਬ ਲੈਵਲ ਤੇ ਕ੍ਰਿਕਟ ਖੇਡ ਰਹੇ ਕਬੱਡੀ ਖਿਡਾਰੀ ਸਾਡਾ ਵੀਰ ਗੁਰਤੇਜ ਸਿੰਘ ਆਂਗਲੀ ਦਾ
पिंड दे नौजवानों वालों कप नाल सन्मानित किया जाना है। ये जानकारी दे विच वादा कर दिता है साडे वीरां ने। लाओ सामने गोपी मेरे वीरों कबड्डी पाउण दे लई अगे वादा होया कि सुबह दा भुलिया शाम नूं आजे भुलिया नहीं कहिंदे। ठग चोर यार कदे भी गुझे नहीं रहिंदे। चलदी छुरी कलेजे जद कोई सच्ची गल सुणा जांदा धरती भी धन धन करती है जिथे टॉप का प्लेयर आ जाता। पर बबिया ये डबल टच आलम वालिया अजमेर का इशारा है, सूबे का इशारा है भी पॉइंट रेडर के हिस्से जा जुड़िया है, रेडर के हिस्से जा जुड़िया है। मैं भी दलवा कर गल मेरा वीर लो सिंह सरदार गभरू अगली रेड पाउण दे लई फिर वधिया होया है। हुण चार जाफी है, आओ देखदे आ भी टच डबल है। दयालपुरे वाला देव फैसले कर गया है भी पॉइंट जिहड़ा धावी दे हिस्से दे विच जा जुड़िया है। कल नूं रौनकां कहिंदे शिख अदालत पिंड दे विच लगन गिया है, जगराओं दा एरिया है। शिख अदालत पिंड दे विच कहिंदे कल नूं कबड्डी ओपन दे मैच खेडे जाणगे। 21 तरीक कहिंदे रंपरे फूल दे भुच्चो दे एरिए लहरे खाने पिंड दीआं तरीकां है। 22 नूं रौनकां नंगल दे विच लगन गिया है। आओ देखदे आ भी हुण समाज दी टीम दा गभरू रेड पाउंदा होया पर धर्म कोटिया इस समय कहिंदे नौजवान लगदा भी जिद्दां हिस्सो वालीए ददार संधू ने गल्लां कीतीआं कि क्यों इन्ना गुस्सा कर बैठी वक्खी विच वजे हूरे दा दरवाजा जो फाटक कोट कपूरे दा लब्बा धर्म कोटिया मेरे वीरो इने ला तकड़ा जफा अपनी टीम दे लई बिगल मजा दिता है। लै भी गब्बर साउंड सर्विस बापू अज बल्ले बल्ले हुई है, ठंडी ठंडी आउंदी है हवा ते गब्बर दी साउंड पाई जांदी गा। लाओ इक पासे कहिंदे रमन है ते दूजे पासे बेंत दा वीर, पर पॉइंट जिहड़ा रमन दे हिस्से है। मैच समाप्त है मेरे वीरो, मैच समाप्त है। एक दो डेटा सन बागे पुराने दिया वो डेटा बदल के 6-7 कर दित्तियां है बागे पुराने वालों। मेरे वीरो जंटे वीर वालों सुखमंदर सिंह जी वालों खुला सदा प्रधान साहब वालों लंडे की टीम जिहड़ी जेतू रही है लंडे के जित गए हैं।